दोस्तों वाहिगुरु जी का खालसा वाहिगुरु जी की फतेह। अज आपां गल करांगे कि जिस तरीके दे नाल जीरा शराब फैक्टरी दे मूहरे अंदोलन चल रहा है ते सरकार अपने पक्ष दीआं गल्लां करदी है ते मानयोग हाई कोर्ट इन्हां सारे कुछ नूं जांच के जिस तरह दे हुक्म सानूं दित्ते जा रहे है इस सारी गल नूं असीं अगर विचारांगे तां बहुत सारियां गल्लां सानूं समझ आउणगीआं। सब तो पहली तां गल इह है कि जदों व्यक्ति शक्ति तो ताकत तो बाहर हुंदा है जदों सत्ता तो बाहर हुंदा है उदों व्यक्ति दा कहना कुछ होर हुंदा है ते जदों सत्ता ते आ जांदा है उदों उसे व्यक्ति दी बोली बदल जांदी है उस व्यक्ति दे विचार बदल जांदे है कि मैं की कहना है। आ सुनियो भगवंत मान जी सत्ता तो पहला की कह रहे ने। पानी डंप कर गया जदों पानी जिहड़ा उत्तों लैंदे सी उदों ठीक सी जदों 300 फुट वाली लेयर चला गया बोर उतो लाल रंग दा पानी आउण लग गया ते बबनपुर वाला तो चलदा है ना KRBL ਉਹ KRBL ਦਾ ਪਾਣੀ ਵੀ ਚੈੱਕ ਹੋ ਚੁੱਕਿਆ ਕਿ KRBL ਜਿਹੜੀ ਮਿਲ ਹੈ ਜੋ ਕੈਮੀਕਲ ਉਹਦੇ ਚੋਂ ਨਿਕਲਦਾ ਉਹੀ ਕੈਮੀਕਲ ਉਹਦੇ ਮਗਰਲੇ ਪਾਸੇ ਜਿਹੜੇ ਬੋਰ ਨੇ ਉਹਨਾਂ ਕੋਲ ਨਿਕਲਦਾ। ਮੈਂ ਦੋ ਵਾਰੀ NGT ਕੋਲ ਗਿਆ ਇਸ ਮਾਮਲੇ ਚ ਹਾਂਜੀ ਕਰਾਂਗੇ ਹਾਂਜੀ ਕਰਾਂਗੇ। ਮੈਂ ਪਾਰਲੀਮੈਂਟ ਚ ਪ੍ਰਕਾਸ਼ ਜਵੇੜੀਆ ਜਵੇੜਕਰ ਜੀ ਕੋਲ ਜਿਹੜਾ ਮੁੱਦਾ ਉਠਾਇਆ ਤੇ ਆਹ ਜਿਹੜੀ ਜਿਹੜੀ ਆਹ ਵੀ ਹੈ ਨਾ ਜਿਹੜੀ ਮਠਾਰੂ ਮਿਲ ਹੈ ਜਿਹੜੀ ਹਾਂ 2 ਕਰੋੜ ਰੁਪਏ ਜੁਰਮਾਨਾ ਹੋਇਆ ਹੋਇਆ ਇਹਨੂੰ NGT ਵੱਲੋਂ ਜੁਰਮਾਨੇ ਨੇ ਵਸੂਲ ਕੀਤਾ। ਸੋ ਪਤਾ ਕੀ ਹੈ ਅਸਲ ਚ ਜਿੰਨਾ ਚਿਰ ਅਫਸਰ ਜਿਹੜੇ ਨੇ ਨਾ ਆ ਚਾਹੇ ਪੋਲੂਸ਼ਨ ਬੋਰਡ ਦੇ ਨੇ ਚਾਹੇ ਜੋ ਵੀ ਜ਼ਿੰਮੇਵਾਰ ਨੇ ਜਿੰਨਾ ਚਿਰ ਇਹਨਾਂ ਦੇ ਘਰਾਂ ਚ ਇਹੋ ਜਿਹਾ ਪਾਣੀ ਨਹੀਂ ਆਉਂਦਾ ਨਾ ਉਹਨਾਂ ਚਿਰ ਨਹੀਂ ਗੱਲ ਬਣਨੀ। ਇਹ ਆਪ ਤਾਂ ਇਹ ਫਿਲਟਰਡ ਪੀਂਦੇ ਨੇ ਆਪ ਤਾਂ ਇਹਨਾਂ ਨੂੰ ਕੋਈ ਪ੍ਰੋਬਲਮ ਹੀ ਨਹੀਂ ਹੁਣ ਨਿਕਲੇ ਨੇ ਇਹ AC ਕਮਰਿਆਂ ਚੋਂ ਦੱਸ ਕੇ ਜਾਂਦੇ ਆ ਕਿ ਪਰਸੋਂ ਨੂੰ ਜੇ ਅਸੀਂ ਫਲਾਨੀ ਫੈਕਟਰੀ ਤੇ ਛਾਪਾ ਮਾਰਾਂਗੇ ਤੁਹਾਨੂੰ ਕੋਈ ਇਹ ਬੰਦਾ ਕਹਿ ਦੇ ਕਿ ਪਰਸੋਂ ਤੁਹਾਡੇ ਘਰੇ ਪੁਲਿਸ ਛਾਪਾ ਮਾਰੂ ਉਹਨੂੰ ਸ਼ੱਕ ਹੈ ਤੁਹਾਡੇ ਘਰੇ ਕੋਈ ਨਜਾਇਜ਼ ਚੀਜ਼ ਹੈ ਤੁਸੀਂ ਪਰਸੋਂ ਤੱਕ ਰਹਿਣ ਦਿਓਗੇ ਉਹਨੂੰ ਫਿਰ ਉਹ ਚੱਕ ਕੇ ਫਿਲਟਰ ਤੇ ਲਾ ਦਿੰਦੇ ਨੇ ਦਿਖਾਉਂਦੇ ਨੀ ਉਹ ਖੂਹ ਤਾਂ ਉਹ ਗੁਪਤ ਖੂਹ ਨੇ ਉਹ ਜਿਹੜੇ ਪੱਟੇ ਹੋਏ ਨੇ ਟ੍ਰੀਟਮੈਂਟ ਬਣਾ ਦਿੰਦੇ ਨੇ सवाल यह है कि तुसी सुनिया कि भगवंत मान जी ये चोणां तो पहला किन्नियां सियाणियां गल्लां ते आए लगदा सीगा कि ये जिहड़ा लोकां नूं जहर दिता जा रहा है जहर पियाया जा रहा है जहर खाण लई मजबूर किया जा रहा है शायद इन्हां लोकां दी ये गल सुणनगे ते ये तुसी देखिया पिछे जदों अंदोलन शुरू होया भगवंत मान जी नूं इस मिल दे अंदोलन चलदिआं कोई खबर नहीं लगी कोई सूचना नहीं मिली कि जीरा शराब फैक्टरी दे मूहरे साडे लोक अंदोलन कर रहे हैं। अज तक कन्नां तों बोले होए ने जबान तों गूंगे ने अखां बंद ने सुन नहीं रहा किसी नूं पता नहीं लग रहा कि साडे लोक अज उन्हां फैक्टरियां दे मूहरे बैठे ने जिहड़ियां फैक्टरियां दी मैं गल करदा हुंदा सी तां अज गल तां लोकां दी बाह फड़न दी बनदी सी ना लेकिन लोगों की बांह फड़न की बजाय होया की है इतने गल विचारन वाली है दोस्तों कि मानयोग हाई कोर्ट ने तो उहो जे फैसले देने हैं ना जेहो जे डाकूमेंट हाई कोर्ट के सामने पेश होणगे अगर साडी सरकार इमानदारी नाल हाई कोर्ट के सामने ये गल रख जांदी कि इस आदमी ने उस वेले जदों मिल लाई है उस वेले की जिहड़ी पबलिक हीरिंग है वह पबलिक हीरिंग इस इलाके चो होनी बनती सी ਉਹ ਸਾਰੀ ਦੀ ਸਾਰੀ ਪਬਲਿਕ ਹੀਅਰਿੰਗ ਜਾ ਕੇ ਫਰੀਦਕੋਟ ਦੇ ਏਰੀਏ ਚੋਂ ਕੀਤੀ ਹੈ ਔਰ ਇਹ ਲੋਕਾਂ ਨਾਲ ਧੋਖਾ ਕੀਤਾ NGT ਨਾਲ ਧੋਖਾ ਕੀਤਾ ਤੇ ਪੰਜਾਬ ਗਵਰਨਮੈਂਟ ਨਾਲ ਧੋਖਾ ਕੀਤਾ ਹੈ ਔਰ ਫਿਰ ਜਾ ਕੇ ਉਹਦਾ ਇਹਨਾਂ ਨੇ ਲਾਇਸੈਂਸ ਲਿਆ। ਅਗਰ ਉਸ ਗੱਲ ਦੇ ਉੱਤੇ ਗੱਲ ਆ ਜਾਂਦੀ ਤਾਂ ਮੇਰਾ ਖਿਆਲ ਹੈ ਮਾਨਯੋਗ ਹਾਈਕੋਰਟ ਲੋਕਾਂ ਦੇ ਕਿਸਾਨਾਂ ਦੇ ਔਰ ਅੰਦੋਲਨਕਾਰੀਆਂ ਦੇ ਖਿਲਾਫ਼ ਫੈਸਲਾ ਦੇਣ ਦੀ ਬਜਾਏ ਸਰਕਾਰ ਦੇ ਖਿਲਾਫ਼ ਫੈਸਲਾ ਦੇਣ ਦੀ ਬਜਾਏ ਹੋ ਸਕਦਾ ਸੀ ਫੈਸਲਾ ਦੇ ਦਿੰਦੀ ਕਿ ਇਸ ਵਿਅਕਤੀ ਨੇ ਧੋਖਾ ਦਿੱਤਾ ਤੇ ਧੋਖਾਧੜੀ ਦਾ ਮੁਕੱਦਮਾ ਇਸ ਆਦਮੀ ਦੇ ਖਿਲਾਫ਼ ਦਰਜ ਕਰੋ ਔਰ ਇਹ ਮੈਂ ਸਰਕਾਰ ਨੂੰ ਹੁਣ ਵੀ ਅਸੀਂ ਕਹਿਣਾ ਚਾਹਾਂਗੇ ਕਿ ਤੁਸੀਂ ਇਸ ਪੱਖ ਨੂੰ ਜਾਣ ਬੁੱਝ ਕੇ ਹਾਈਕੋਰਟ ਦੀਆਂ ਅੱਖਾਂ ਤੋਂ ਪਾਸੇ ਰੱਖੀ ਬੈਠੇ ਹੋ ਤਾਂ ਕਿ ਕਿਸੇ ਵੀ ਤਰੀਕੇ ਦੇ ਨਾਲ ਅੰਦੋਲਨਕਾਰੀਆਂ ਨੂੰ ਖਦੇੜਿਆ ਜਾ ਸਕੇ ਔਰ ਉੱਥੋਂ ਜਿਹੜੀ ਤੁਸੀਂ ਵੱਡੀਆਂ ਮੈਂ ਕਹੂੰਗਾ ਫੰਡਾਂ ਆਉਣੀਆਂ ਹੈ ਇਹੋ ਜਿਹੇ ਧਨਾੜ ਲੋਕਾਂ ਦੇ ਕੋਲੋਂ ਜੇ ਕਹਿ ਲਈਏ ਕਿ ਚੋਣਾਂ ਜਿਤਾਉਣ ਦੀਆਂ ਜਿਹੜੀਆਂ ਸ਼ਕਤੀਆਂ ਰੱਖਣ ਵਾਲੇ ਲੋਕ ਨੇ ਉਹਨਾਂ ਦੇ ਪੱਖ 'ਚ ਤੁਸੀਂ ਖੜਨ ਦੀਆਂ ਇਹ ਬਿਲਕੁਲ ਆਪਦਾ ਸਾਬਤ ਕਰ ਰਹੇ ਹੋ ਕਿ ਤੁਸੀਂ ਉਹਨਾਂ ਦੇ ਪੱਖ 'ਚ ਖੜੇ ਹੋ। ਸੋ ਇਸ ਕਰਕੇ ਮਾਨਯੋਗ ਮੁੱਖ ਮੰਤਰੀ ਜੀ ਭਗਵੰਤ ਮਾਨ ਜੀ ਔਰ ਸਾਡੇ ਡਿਪਟੀ ਕਮਿਸ਼ਨਰ ਸਾਹਿਬ ਜਿਹੜੇ ਫਿਰੋਜ਼ਪੁਰ ਨੂੰ ਡੀਲ ਕਰਦੇ ਨੇ ਤੁਸੀਂ ਬੜਾ ਉਸ ਦਿਨ ਧਮਕੀਆਂ ਦੇ ਕੇ ਗਏ ਹੋ ਇਹ ਪਬਲਿਕ ਦਾ ਪੈਸਾ ਹੈ ਜੀ ਪਬਲਿਕ ਡਿਵੈਲਪਮੈਂਟ ਤੇ ਲੱਗਣਾ ਸੀਗਾ ਜੀ ਇਹ ਫੈਕਟਰੀ ਵਾਲੇ ਨੂੰ 20 ਕਰੋੜ ਰੁਪਈਆ ਦਿੱਤਾ ਗਿਆ ਇਹ ਲੋਕਾਂ ਦੀ ਗਲਤੀ ਕਰਕੇ ਨਹੀਂ ਦਿੱਤਾ ਗਿਆ
याद रखियो, इट मीनस के भगवंत मान की सरकार बनने तो पहला भी अगर भगवंत मान कि बोल रहा है इस इशू से तो इशू उस वे भी उठा हुआ सी, ये नवा नहीं उठा, ये इशू उस वे भी उठा हुआ सी। उस वे भगवंत मान को दिसा कि इस इशू से वोटा लिया जा सकदियां, इहदे ते खुल के बोले, रज के बोले, और अज जे आपदे गल आई समा आया तो वह पक्ष जिहड़ा लोगों का रखण की लोड़ सी वह नहीं रखा गया। इस करके ये सजा जिहड़ी लोगों नूं मिलण की बजाय लगण की बजाय यह प्रशासन नूं ते साडे माननीय मुख्यमंत्री जी नूं साडी सरकार की जिम्मेवारी बनती है कि यह उल्टा इहदे ते परचा दर्ज कराउण, इहनूं स्पैशली जिहड़ी पबलिक हीयरिंग है इस नूं इस इशू नूं चुक्कण, इस इशू नूं चुक के इस बंदे दे खिलाफ मुकदमा दर्ज करना बनता है और मुकदमा दर्ज कर फिर जाके लोगों को इंसाफ मिल सकता है। अगली गल है जी कि लोगों के उत्ते मुकदमे पाते लोगों ये तो कहता कि असीं जेलों चो बाहर कढ़ते, लेकिन अजे केस वापस नहीं, लोग तो जमानतों ते आए ने। जिनी देर तक साडी अपील है कि यह धक्केशाही जिनी देर तक रोकोगे नहीं, लोग रुकणगे नहीं। मैं पहला भी बेनती की है कि इस शराब फैक्टरी के खिलाफ एक मुहिम खड़ी हो चुकी है, एक अंदोलन खड़ा हो चुका है, एक आवाज बुलंद हो चुकी है, ये आवाज रुकेगी नहीं। लख यतन कर लियो आवाज नहीं रुकेगी। लोग मारने मार लियो, लोगों के गोली चलानी है गोली चला लियो, लोगों नूं जेल सिटना जेल सिट लियो, लोगों का जो तुहाडा दिल करदा करना चाहे सरकार कर सकती है, लेकिन अखीर नूं यह गल बनेगी कि सौ गंढा भी खाधा तो सौ छित्र भी खाधा वाली गल बनेगी, ये फैक्ट्री फिर भी बंद करनी पेगी, क्योंकि लोग ये खिलाफ जागृत हो चुके ने, लोग ये खिलाफ एक आवाज बन के खड़े हो चुके ने, एक अंदोलन खड़ा हो चुके इस फैक्टरी के खिलाफ। अगली मैं बेनती करनी चाहूंगा बीकेयू एकता सिद्धूपुर के जिहड़े समूह साढ़े जिला प्रधान ने स्टेट बॉडी के लीडर साहबान ने, कल 27 तरीक है, 27 तरीक का उतों की जिहड़ी मैनेजिंग कमेटी है जिहड़ी धरने नूं मैनेज कर रही है उन्हां दी अनाउंसमेंट है। मैं सुन रहा सी एक वीडियो के थ्रू उन्होंने प्रेस कॉन्फ्रेंस करके कहा कि 27 तरीक नूं असीं इत्थे इक वड्डा इकट्ठ करना है। सो मेरी अपील है कि बीकेयू एकता सिद्धूपुर का हर वर्कर, हर आगू, हर जिला पद्धर का लीडर, ब्लॉक पद्धर का लीडर इस गल दे उत्ते तनदेही नाल जोर लाना शुरू करे ताकि कल वाला जिहड़ा इकट्ठ करना है वह तुहाडा भरपूर इकट्ठ उत्थे जावे, पता लगे कि लोग जागदे ने, वह लोग आ जिहड़े ਆਪਾਂ ਉਹਨਾਂ ਦੀ ਸਪੋਰਟ ਕਰ ਰਹੇ ਹਾਂ। ਬੇਸ਼ੱਕ ਸਾਡਾ ਫੈਸਲਾ ਕਰਨਾ ਉਹਨਾਂ ਦੇ ਛੱਡਿਆ ਹੋਇਆ, ਉਹ ਕਮੇਟੀ ਨੇ ਕਰਨਾ, ਜੋ ਕਮੇਟੀ ਕਰੇ ਉਹ ਠੀਕ ਹੈ, ਲੇਕਿਨ ਉਹਨਾਂ ਵਿਚਾਰਿਆਂ ਦੀ ਬਾਹ ਫੜਨਾ, ਉਹਨਾਂ ਨੂੰ ਸਪੋਰਟ ਦੇਣਾ ਸਾਡਾ ਫਰਜ਼ ਬਣਦਾ, ਅਸੀਂ ਸਾਰਿਆਂ ਨੇ ਮਿਲ ਕੇ ਉਹਨਾਂ ਨੂੰ ਸਪੋਰਟ ਦੇਣੀ ਹੈ। ਸੋ ਕੱਲ ਨੂੰ 27 ਤਰੀਕ ਵਾਲਾ ਜਿਹੜਾ ਇਕੱਠ ਹੈ ਆਪਾਂ ਸਾਰਿਆਂ ਨੇ ਤਨਦੇਹੀ ਨਾਲ ਤੁਸੀਂ ਉੱਥੇ ਨਿਭਾਉਣਾ, ਉਸ ਡਿਊਟੀ ਨੂੰ ਨਿਭਾਉਣਾ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।